ਬਠਿੰਡਾ ਵਿੱਚ ਦੇਰ ਰਾਤ ਇੱਕ ਨੌਜਵਾਨ ਵੱਲੋਂ ਆਪਣੇ ਹੀ ਦੋਸਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕਿ ਇਸ ਮਾਮਲੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਕ ਇੱਕ ਸ਼ਰਾਬੀ ਦੋਸਤ ਨੇ ਇੰਨੀ ਸ਼ਰਾਬ ਪੀ ਲਈ ਕਿ ਸ਼ਰਾਬ ਦੇ ਨਸ਼ੇ ਵਿੱਚ ਉਸਨੇ ਆਪਣੇ ਹੀ ਦੋਸਤਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਮੁਤਾਬਕ ਮਾਡਲ ਟਾਊਨ ਨਿਵਾਸੀ ਰਾਜਵਿੰਦਰ ਆਪਣੇ ਦੋਸਤ ਜਸਕਰਨ ਦੇ ਨਾਲ ਆਪਣੇ ਤੀਜੇ ਦੋਸਤ ਗਗਨ ਨੂੰ ਜ਼ਿਆਦਾ ਸ਼ਰਾਬ ਪੀਤੀ ਹੋਣ ਕਰਕੇ ਉਸਦੇ ਘਰ ਛੱਡਣ ਗਏ। ਜਿਵੇਂ ਹੀ ਘਰ ਪਹੁੰਚੇ ਤਾਂ ਸ਼ਰਾਬੀ ਕਹਿਣ ਉੱਤੇ ਉਹ ਭੜਕ ਗਿਆ। ਉਸਨੇ ਆਪਣੀ 32 ਬੋਰ ਰਿਵਾਲਵਰ ਨਾਲ ਰਾਜਵਿੰਦਰ ਅਤੇ ਜਸਕਰਨ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਨੇਵਾਹ ਫਾਇਰਿੰਗ ਵਿੱਚ ਰਾਜਵਿੰਦਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਜਸਕਰਨ 3 ਗੋਲੀਆਂ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੈ। ਅਤੇ ਉਹਨੇ ਬਾਰ 'ਚ ਆ ਕੇ ਜੀ ਕਹਿੰਦਾ ਵੀ ਮੈਨੂੰ ਤੂੰ ਸ਼ਰਾਬੀ ਸਮਝ ਕੇ ਛੱਡਣਾ ਆ, ਬੇਇੱਜ਼ਤੀ ਮੰਨੀ ਉਹਨੇ ਆਪਦੀ। ਅਤੇ ਉਹਦੇ ਡੱਬ 'ਚ ਪਿਸਟਲ ਸੀਗਾ ਜੀ 32 ਬੋਰ ਦਾ, ਉਹਨੇ ਸਿੱਧਾ ਮੇਰੇ ਬ੍ਰਦਰ ਦੇ ਫਾਇਰ ਮਾਰਿਆ ਜੀ ਛਾਤੀ 'ਚ, ਦਿਲ 'ਤੇ ਵੱਜਿਆ ਜੀ, ਥਾਂ 'ਤੇ ਉਹਦੀ ਡੈੱਥ ਹੋ ਗਈ। ਅਤੇ ਇੱਕ ਮੁੰਡਾ ਨਾਲ ਜਿਹੜਾ ਹੋਰ ਸੀ ਦੋਸਤੀ, ਉਹਦੇ ਫਾਇਰ ਵੱਜਿਆ ਜੀ ਮੋਢੇ 'ਤੇ, 2 ਫਾਇਰ ਉਹਦੇ ਵੱਜਿਆ ਜੀ, ਉਹ ਦਿੱਲੀ ਹਾਰਟ ਇੰਸਟੀਟਿਊਟ ਹੋਸਪਿਟਲ 'ਚ ਦਾਖਲ ਹੈ ਜੀ।